ਪਿੱਛ ਖਿਦਮਤ ਅੱਜ ਕੱਲ ਦੇ ਨਸ਼ੇ ਜਿਹੜੇ ਸਾਰੇ ਨੌਜਵਾਨ ਹਨ ਜੰਗਲੀ ਜਹਾਜ਼ ਮੇਰੇ ਬੜਾ ਕੁਰਬਾਨੀ ਦੀ ਘੜਿਆ ਬਲਾਈਆਂ ਤਾਂ ਹਿੰਦ ਔਲਾਦ ਨੂੰ ਕਿਉਂ ਇੰਨਾ ਇਤਨਾ ਖਰਾਬ ਕੀਤਾ ਵਾ? ਔਰ ਤਾਂ ਧੀਆ ਤੂੰ ਦੱਸਾ ਕਿ ਕੀਤਾ ਆਇਆ ਖੀ ਵੀ ਬੀਬੀ ਦੇ ਪੁੱਤਰ ਮੈਂ ਫਟਾਕਰ ਸਾਈ ਕੋ ਲੈ ਉੱਥੇ ਮੈਨੂੰ ਪਤਾ ਲੱਗਾ ਜੇ ਮੈਂ ਕਦੇ ਨਹੀਂ ਉੱਥੇ ਕੀਤਾ ਆਈ ਉੱਥੇ ਅਸਾਂ ਜਿੰਨ ਭੂਤ ਨਾ ਕੌਣ ਅਸਾਂ ਘਰੋਂ ਨਸੇ ਵਸਿਆ ਘਰੋਂ ਨਸਾ ਤਾਂ ਕੀਤਾ ਆਇਆ ਜੁਰਮ ਕਿਹੜਾ ਕੀਤਾ ਅਸਾਂ
ਗੁਆਂਢੀਆਂ ਦੇ ਘਰ ਚੋਰੀ ਕਰਕੇ ਸ਼ਨਾਹਾਂ ਦਾ ਪੁੱਤ ਬਸ ਸਾਨੂੰ ਥਾਣੇ ਵਾਲਾ ਨਾ ਫੜੇ ਅਦਾ ਪਿੰਜਰੇ ਚੋਂ ਨਿਕਲ ਆਇਆ ਜੇਲ ਚੋਂ ਤੈਂ ਕੀ ਕੀਤਾ ਯਾਰ ਮੈਂ ਗਵਾਂਢੀਆਂ ਦੀ ਕੁਕੜੀ ਚਾਈ ਆਈ ਕੁਕੜੀ ਦਾ ਪੁੱਤਰ ਮੌਲੀ ਡਾਂਡ ਖੱਤੀ ਦਾ ਉਹ ਆਦਾ ਮਸੀਤ ਚੋਂ ਖੇੜੀਆਂ ਚਾ ਖੜੀਆਂ ਨਹੀਂ ਮੈਂ ਐਂਦਾ ਤੁਹਾਨੂੰ ਸਿਖਾਉਣ ਵਾਸਤੇ ਮੇਰਾ ਖਿਆਲ ਹੈ ਕਾਨੂੰਨ ਠੀਕ ਕਰੇ ਨੇ ਮੈਂ ਹੁਣੇ ਤੁਹਾਨੂੰ ਠੀਕ ਕਰਾ ਦਿੰਦਾ ਮਿਹਰਬਾਨੀ ਕਰੋ ਜੀ ਕਾਨੂੰਨ ਦੇ ਮੈਂ ਕਰੇ ਨਾ ਹੁਣੇ ਮਿਹਰਬਾਨੀ ਹੈਲੋ 15 ਨੰਬਰ ਹੈਲੋ 15 ਨੰਬਰ ਜੀ ਜੀ ਜੀਆ ਮੈਂ ਬੋਲਦਾ ਜੀ ਪਿਸ਼ੋਰੀ ਪਿਸ਼ੋਰੀ ਸ਼ਿਕਾਰੀ ਇਹ ਜੀ ਨੂੰ ਬਿਗੰਡੇ ਮੈਂ ਨੱਪੇ ਫੌਰੀ ਤੌਰ ਤੇ ਪਹੁੰਚਣੋ ਆ ਕੇ ਇਹਨਾਂ ਨੂੰ ਘਿਨ ਵਣੋ ਇੱਕ ਮਸੀਤ ਚੋਂ ਖੇੜੀਆਂ ਚਾਹੀਆਂ ਦੂਜਾ ਜੀ ਅਫਤਰਾਸ਼ ਹੈ ਅਜੀ ਅਜੀਆ ਘਰੋਂ ਨਸੇ ਦਿਨ ਦਰਖੋ ਤੇ ਅਨ ਜੰਗਲ ਚੋਂ ਨਾ ਪਾਉਂਦੇ ਉਹ ਲੈਲ ਦੇ ਸ਼ਿਕਾਰ ਨਾਲ ਅਜੀ ਜੰਗਲੀ ਜਾਨਵਰ ਹਨ ਜੀ ਪਹੁੰਚ ਰਹੇ ਹੋ ਜਲਦੀ ਆਓ ਚਾਚਾ ਕੀ ਬਣੇ ਜੰਗਲੀ ਚੁਗੀ ਆਈ ਇਹਨੂੰ ਬਦੰਡੇ ਨੱਪੇ ਹਾਂ ਇਹਨਾਂ ਸਾਡੇ ਤੇ ਨਾਲ ਘੱਤੀ ਰੱਖੇ ਸਾਡੇ ਤੇ ਹਾਂ ਤੇ ਇਹ ਆਨਾ ਉੱਤੇ ਜੰਗਲ ਦੇ ਚ ਘਮਕਾਰ ਚਾੜੀ ਅੱਧਿਆ ਅੱਲਾਹ ਖਤਮ ਆਓ ਸਰ ਆਓ ਸਰ ਹਾਂ ਚਾਚਾ ਬਿਸ਼ੋਰੀ ਤੋਂ ਦਾ ਫੋਨ ਕੀਤਾ ਜੀ ਮੈਂ ਕੀਤਾ ਜੀ ਫੋਨ ਕਿਉਂ ਖੈਰ ਤਾਂ ਆਈ ਇਹਦੇ ਦਿਨ ਆਉ ਪੈ ਨੂੰ ਬਦੰਡੇ ਨੱਪੇ ਜੰਗਲ ਤੇ ਮੈਂ ਇਸ਼ਕਾਰ ਕਰਨ ਗਿਆ ਇਹ ਬਦੰਡੇ ਜੰਗਲ ਹਾਂ ਨਮਕਾਰਾ ਮਨ ਇਹ ਖੁਦ ਤੋਂ ਚੜੇ ਬੈਠਿਆਂ ਇਹ ਘਰੋਂ ਨਥੇ ਹੋਏ ਨੁਹਾਈ ਵਾਲ ਇਹ ਜੇਬੇ ਕੱਪੇ ਨੇ ਉਹ ਮਸੀਤ ਚੋਂ ਖੇੜੀਆਂ ਚੈਨੇ ਇਹ ਕੁਕੜੀ ਚੈਨਾ ਨਹੀਂ ਕੁਕੜੀ ਚੈਨਾ ਕੁਕੜੀਆਂ ਹੀ ਚੈਨੇ ਸਾਡੀ ਫੇਰੇ ਵਾਲੇ ਸਾਰੇ ਤਾਂ ਕਰੇ ਨੇ ਪੂਰੇ ਡਰਾਏ ਸਾਨੂੰ ਕੋਲ ਹਟੋ ਪੁੱਲੋ ਦੇ ਹਵਾਲੇ ਨਾ ਕਰੋ ਪੁੱਲੋ ਨੂੰ ਤਾਂ ਦਾਇ ਨਹੀਂ ਆਏ ਤਸ਼ਵੀਸ਼ ਕਰਨ ਦੀ ਤੁਸੀਂ ਹਰਾਮ ਆਓ ਇਹ ਕਰੋ ਇਹ ਕਰੋ ਤਸ਼ਵੀਸ਼ ਕਰੇ ਤਾਂ ਇਹ ਡੰਡਾ ਦੇ ਦਿੱਤੀ ਹੈ ਮੈਂ ਅਰਦ ਕਰਾਂ ਜੀ ਕਰ ਅਰਦ ਕਿਸ ਨੂੰ ਇੱਕ ਬੋਤਲ ਲਗਾ ਕਿਉਂ ਇਹ ਗਮਦੋਰਾ ਨੇ ਚਾਹੇ ਚੰਗੀ ਹਵਾ ਹੋਈ ਤਾਂ ਬਰੂਰੀ ਤੇ ਪਿਆ ਸੀ ਬਰਤੀ ਹੁਣ ਤੇ ਆਏ ਹੌਲੇ ਹੌਲੇ ਠੀਕ ਤੇ ਸੀ ਜੇ ਲੈ ਤੁਹਾਡਾ ਖੂਨ ਇਸ ਚੋਸਾ ਨਾ ਤਾਂ ਠੀਕ ਥੀ ਹੈ ਮਹੱਲੇ ਵਾਲੇ ਉਹਦੇ ਉੱਪਰ ਵੇਹ ਦਿੰਦਨ ਜੀ ਸਾਹਿਬ ਜੀ ਨਾ ਇਹਦਾ ਬੂਟਾ ਸੰਤ ਡਰਾ ਹੀ ਰੱਖ ਦੇ ਆ ਖੜੋ ਜੀ ਖੜੋ ਮਹਿੰਗਾਈ ਮਾਰੀਆਂ ਢਾਕੋ।